ਨਹੀਂ ਮੈਂ ਮਨਾਉਣਾ ਨਹੀਂ ਹੈਗਾ, ਸੁਨੇਹਾ ਇੱਦਾਂ ਹੀ ਆ, ਤੂੰ ਆਉਣਾ ਹੋਇਆ ਤੂੰ ਆ ਜਾਈ, ਤੇ ਉਦਾਂ ਉਹਨੇ ਇਨਵਾਈਟ ਨਹੀਂ ਕੀਤਾ। ਚਲ ਇਸਕੋ ਬਲੋ ਕਰ ਦਿਓ। ਹਾਂਜੀ ਗਾਈਜ਼, ਵੈਲਕਮ। ਮੈਂ ਤੁਹਾਡੇ ਸਾਰਿਆਂ ਦੇ ਨਵੇਂ ਵਲੌਗ ਦੇ ਵਿੱਚ, ਆਈ ਹੋਪ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਐਂਡ ਮੈਂ ਵੀ ਬਿਲਕੁਲ ਠੀਕ ਹਾਂ। ਸੋਰੀ ਫੋਰ ਬੀਇੰਗ ਸੋ ਇਨਐਕਟਿਵ। ਮੈਨੂੰ ਸਨੈਪਚੈਟ 'ਤੇ ਵੀ ਲੋਕ ਕਹਿ ਰਹੇ ਤੁਸੀਂ ਸਟੋਰੀਜ਼ ਨਹੀਂ ਪਾਉਂਦੇ, ਜਾਂ ਜਦੋਂ ਮੈਂ ਪਾਉਂਦੀ ਹਾਂ ਉਦੋਂ 100-150 ਇਕੱਠੀ ਪਾ ਦਿੰਦੀ ਹਾਂ। ਰੋਜ਼ ਐਕਟਿਵ ਨਹੀਂ ਹੋਇਆ ਜਾ ਰਿਹਾ ਕਿਉਂਕਿ ਕੰਮ ਕਰਕੇ ਕੁਛ ਬਹੁਤ ਸਾਰੇ ਕਮੈਂਟ ਸੀਗੇ ਵੀ ਆਪਣਾ ਜਿਹੜਾ ਸਟੂਡੀਓ ਆ ਜਾਂ ਜੋ ਵੀ ਤੁਸੀਂ ਸੈਟਅਪ ਕੀਤਾ ਹੈ ਰੂਮ 'ਚ ਉਹਦਾ ਇੱਕ ਟੂਰ ਦੇ ਦਿਓ। ਸੋ ਆਈ ਹੋਪ ਕਿ ਮੈਂ ਆਹ ਵਲੌਗ ਦੇ ਟੂਰ ਆਪਣਾ ਸਾਰੇ ਰੂਮ ਦਾ ਜੋ ਵੀ ਆਪਾਂ ਲੈਸ਼ਿਸ ਦਾ ਨੇਲਸ ਦਾ ਆਪਾਂ ਸੈਟਅਪ ਕੀਤਾ ਆ ਐਂਡ ਕੰਮ ਕਰਕੇ, ਮਤਲਬ ਮੈਨੂੰ ਹੁਣ ਪਤਾ ਲੱਗਿਆ ਆ ਕਰਕੇ ਵੀ ਬੰਦੇ ਦੀ ਜਿਹੜੀ ਬੈਕ ਆ, ਨੈਕ ਆ, ਮਤਲਬ ਜੋ ਸਰਵਾਈਕਲ ਦਾ ਇਸ਼ੂ ਹੁੰਦਾ ਆ, ਹੈ ਨਾ, ਬਹੁਤ ਔਖਾ ਆ ਬਹਿ ਕੇ ਇੱਕ ਲੈਸ਼ਿਜ਼ ਨੂੰ ਵੀ, ਲਾਈਕ ਲੈਸ਼ਿਜ਼ ਨੂੰ ਵੀ ਸੇਮ ਟਾਈਮ 2-3 ਘੰਟੇ ਲੱਗ ਜਾਂਦੇ ਆ, ਇੱਦਾਂ ਹੀ ਨੇਲਸ ਨੂੰ। ਸੋ ਦੋਨੇ ਚੀਜ਼ਾਂ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਆ, ਬਹੁਤ ਔਖਾ ਲੱਗਦਾ ਆ, ਪਰ ਹਾਂ ਬੈਟਰ ਆ ਵੀ ਆਪਣਾ ਆਪਣਾ ਕੰਮ ਕਰ ਰਹੇ ਹਾਂ, ਹੈ ਨਾ, ਸਾਰਾ ਕੁਛ ਵੱਖਰੇ ਵੱਖਰੇ ਕਲਾਇੰਟਸ ਨੂੰ ਡੀਲ ਕਰਦੇ ਹਾਂ, ਵਿੱਚ ਬਹੁਤ ਹੀ ਵਧੀਆ ਹੁੰਦੇ ਆ, ਕਈ ਇੰਨੇ ਕੁ ਕਾਮ, ਇੰਨੇ ਕੁ ਐਪਰੀਸ਼ੀਏਟਿੰਗ, ਅਤੇ ਕਈ ਕਈ ਉੱਦਾਂ ਹੁੰਦੇ ਆ ਵੀ ਬੋਲਣਾ ਨਹੀਂ ਆ, ਠੀਕ ਆ ਆਏ ਕੰਮ ਕਰਾ ਕੇ ਚਲ ਗਏ, ਮਤਲਬ ਹਰ ਤਰ੍ਹਾਂ ਦੇ ਕਲਾਇੰਟਸ ਨਾਲ ਡੀਲ ਕਰ ਰਹੇ ਹਾਂ, ਲੋਕਾਂ ਦਾ ਪਤਾ ਲੱਗ ਰਿਹਾ, ਥੋੜ੍ਹਾ ਸਬਰ ਆ ਰਿਹਾ ਆ, ਇੱਕ ਜਗ੍ਹਾ 'ਤੇ ਸਾਰਾ ਦਿਨ ਬਹਿ ਕੇ ਕੰਮ ਕਰਨਾ, ਸੋ ਇੱਕ ਕਾਊਂਟਰ ਸਾਂਭਣਾ ਬਹੁਤ ਵੱਡੀ ਗੱਲ ਆ। ਮੇਰੇ 'ਚ ਮਤਲਬ ਮੈਨੂੰ ਲੱਗਦਾ ਸੀ, ਮੇਰੇ ਪਾਪਾ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਨਾ, ਤੂੰ ਨਾ ਕੋਈ ਅੱਡੇ 'ਤੇ ਨਹੀਂ ਬਹਿ ਸਕਦੀ, ਉਹ ਜਿੰਨਾ ਮਰਜ਼ੀ ਵੱਡਾ ਬਿਜ਼ਨਸ ਹੋਵੇ, ਕੱਲ੍ਹ ਨੂੰ ਸ਼ੋਰੂਮ ਹੋਵੇ, ਸੈਲੂਨ ਹੋਵੇ, ਤੇਰੇ ਲਈ ਬਹਿਣਾ ਬਹੁਤ ਔਖਾ ਕਿਉਂਕਿ ਤੇਰੇ 'ਚ ਪੇਸ਼ੈਂਸ ਘੱਟ ਹੈ। ਤੂੰ ਸਵੇਰੇ ਉੱਠਦੀ ਆ, ਤਿਆਰ ਹੋ ਕੇ ਕਦੀ ਕਿਤੇ ਕਦੀ ਕਿਤੇ, ਤੈਨੂੰ ਬਹਿਣਾ ਬਹੁਤ ਔਖਾ ਲੱਗਦਾ, ਤੈਨੂੰ ਇੱਕ ਦਿਨ ਘਰ ਬਹਿਣਾ ਪਵੇ ਨਾ ਤੈਨੂੰ ਕੁਛ ਹੋ ਜਾਂਦਾ। ਸੋ ਉਹ ਵਾਲਾ ਪੇਸ਼ੈਂਸ ਬਹੁਤ ਜ਼ਿਆਦਾ ਆ ਗਿਆ ਹੁਣ ਵੀ ਇੱਕੋ ਜਗ੍ਹਾ 'ਤੇ ਬਹਿ ਕੇ, ਹੁਣ ਮੈਂ ਕਹਿ ਸਕਦੀ ਹਾਂ ਘਰੇ ਵੀ ਹੁਣ ਮੈਂ ਬਹਿ ਸਕਦੀ ਹਾਂ, ਅਤੇ ਟੱਚ ਵੁੱਡ ਕੰਮ ਬਹੁਤ ਸੋਹਣਾ ਚੱਲਦਾ ਪਿਆ ਆ। ਇੱਕ ਜਦੋਂ ਸ਼ੁਰੂਆਤ ਕਰਨੀ ਸੀ ਕੰਮ ਦੀ, ਉਧਰ ਮੰਦਰ ਹੋ ਕੇ ਆਇਆ, ਮੱਥਾ ਟੇਕ ਕੇ ਆਇਆ, ਇੱਕ ਪੋਜ਼ਿਟਿਵਿਟੀ ਨਾਲ, ਵਧੀਆ ਵਾਈਬਸ ਨਾਲ ਸ਼ੁਰੂਆਤ ਕੀਤੀ ਹੈ ਅਤੇ ਬਹੁਤ ਵਧੀਆ ਚੱਲ ਰਿਹਾ ਆ। ਸੋਚਿਆ ਸੀ ਤਿਆਰ ਸ਼ਿਆਰ ਹੋ ਕੇ ਬੈਠਿਆ ਕਰਾਂਗੇ, ਪਰ ਹੁਣੇ ਹੀ ਕਲਾਇੰਟ ਗਏ ਆ, ਮੈਂ ਬਲੈਕ ਟੀ ਸ਼ਰਟ ਬਣੀ ਹੈ, ਜਦੋਂ ਨੇਲਸ ਆਪਾਂ ਬਫ ਕਰਦੇ ਹਾਂ ਬਹੁਤ ਸਾਰੀ ਡਸਟ ਨਿਕਲਦੀ ਆ ਉਹ ਸਾਰੀ ਕੱਪੜਿਆਂ 'ਤੇ, ਅਤੇ ਫਿਰ ਇਸ ਕਰਕੇ ਆ ਸੋਚਿਆ ਵੀ ਨਹੀਂ ਨਵੇਂ ਕੱਪੜੇ ਤਾਂ ਬਹਿਣਾ, ਨਵੇਂ ਕੱਪੜੇ ਪਾ ਕੇ ਤਾਂ ਬਿਲਕੁਲ ਹੀ ਕੋਈ ਹੱਲ ਨਹੀਂ ਹੈ, ਬਟ ਹਾਂ ਇਹ ਸੋਚ ਰਹੀ ਹਾਂ ਕਿ ਥੋੜ੍ਹਾ ਜਿਹਾ ਤਿਆਰ ਹੋ ਜਾਵਾਂ। 3-3:30 ਹੋਏ ਆ, ਆਈ ਫੀਲ ਹਾਂ ਇੰਨਾ ਕੁ ਟਾਈਮ ਹੋਇਆ ਆ, ਅਤੇ 6 ਵਜੇ ਕਲਾਇੰਟ ਆ, ਹਲੇ 2-2.5 ਘੰਟੇ ਪਏ ਆ, ਅਤੇ ਬਸ ਕਲਾਇੰਟ ਜੇ ਉਹਨਾਂ ਨੂੰ ਕੰਫਰਟੇਬਲ ਹੋਇਆ ਮੈਂ ਤੁਹਾਨੂੰ ਵਲੌਗ 'ਚ ਦਿਖਾਊਂਗੀ, ਮੈਂ ਜੋ ਵੀ ਕਰੂੰਗੀ। ਇੱਕ ਕਲਾਇੰਟ ਹੁਣੇ ਹੁਣੇ ਗਏ ਆ 1.25 ਘੰਟੇ ਪਹਿਲਾਂ, ਗੱਲਾਂ 'ਚ ਹੀ ਟਾਈਮ ਲੰਘ ਗਿਆ, ਕੰਮ 'ਚ ਹੀ ਨਹੀਂ ਟਾਈਮ ਮਿਲਿਆ ਕਿ ਕਲਿੱਪ ਬਣਾ ਲਵਾਂ ਜਾਂ ਦਿਖਾ ਦੇਵਾਂ। ਬਹੁਤ ਇਨਐਕਟਿਵ ਸੀ, ਬਹੁਤ ਸਾਰੀਆਂ ਗੱਲਾਂ ਆ ਜੋ ਕਰਨੀਆਂ ਆ, ਬਟ ਮੈਨੂੰ ਸੀ ਪਹਿਲਾਂ ਵਲੌਗ ਸਟਾਰਟ ਕਰ ਦੇਵਾਂ, ਅੱਗੇ ਅੱਗੇ ਬਹੁਤ ਸਾਰੀਆਂ ਗੱਲਾਂ ਕਰਾਂਗੇ, ਰੂਮ ਟੂਰ ਦਿਖਾਊਂਗੀ ਤੁਹਾਨੂੰ, ਸੈਟਅਪ ਦਿਖਾਊਂਗੀ ਸਾਰਾ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ, ਤਿਆਰ ਤੁਰ ਹੋ ਜਾਵਾਂ, ਹੁਣ ਫੇਰ ਮਿਲਦੇ ਹਾਂ। ਸੋ ਗਾਈਜ਼ ਮੈਂ ਹੋ ਗਈ ਹੋਈ ਹਾਂ ਰੈਡੀ, ਅਤੇ ਬਹੁਤ ਘੱਟ ਮੌਕਾ ਮਿਲਦਾ ਆ ਇੱਥੇ ਰੈਡੀ ਹੋਣ ਦਾ। ਅੱਜ ਹੈਗਾ ਆ ਏਂਜਲ ਦਾ ਬਰਥਡੇ, ਸੋ ਬਹੁਤ ਦੇਰ ਦੀ ਮੈਂ ਤਾਂ ਉਹਦੇ ਮੂੰਹੋਂ ਕੁਛ ਨਾ ਕੁਛ ਕਢਵਾ ਰਹੀ ਹਾਂ ਕਿਉਂਕਿ ਮੈਂ ਉਹਨੂੰ ਸਰਪ੍ਰਾਈਜ਼ ਦੇਣਾ ਸੀ, ਵੀ ਮੈਨੂੰ ਸੀਗਾ ਕਿ ਰੂਮ ਡੈਕੋਰੇਟ ਵਗੈਰਾ ਕਰੂੰਗੀ ਇੱਧਰ, ਹੈ ਨਾ, ਬੈਲੂਨਸ ਵਗੈਰਾ ਨਾਲ, ਗਿਫਟਸ ਵਗੈਰਾ, ਕੇਕ, ਬਟ ਉਹ ਕਹਿੰਦੀ ਆ ਕਿ ਮੈਂ ਇੱਧਰ ਨਹੀਂ ਆਉਣਾ, ਮੇਰਾ ਬਰਥਡੇ ਆ, ਮੇਰਾ ਆਉਣਾ ਨਹੀਂ ਬਣਦਾ, ਤੂੰ ਆਈ। ਅਤੇ ਉੱਧਰ ਸ਼ਿਵਮ ਭਾਅ ਜੀ ਵਗੈਰਾ ਸੀਗਾ, ਉਹਨਾਂ ਨੇ ਆਲਰੇਡੀ ਸਰਪ੍ਰਾਈਜ਼ ਦੇ ਤਾ ਹੋਣਾ ਆ, ਤਾਂ ਕਰਕੇ ਫਿਰ ਮੇਰਾ ਕੁਛ ਉੱਦਾਂ ਦਾ ਫਿਰ ਪਲੈਨ ਨਹੀਂ ਬਣਿਆ। ਅਤੇ ਆਯੂਸ਼ੀ ਵੀ ਆ ਰਹੀ ਹੈ, ਦੀਦੀ ਹੁਣੀ ਵੀ ਆ ਰਹੇ ਆ ਉੱਧਰ, ਅਤੇ ਆਪਾਂ ਵੀ ਚੱਲੇ ਹਾਂ, ਮੈਂ ਫਿਲਹਾਲ ਚੱਲੀ ਹਾਂ ਗਿਲਫਰਡ ਗਿਫਟ ਵਗੈਰਾ ਲੈਣ ਅਤੇ ਕੇਕ ਲੈ ਕੇ ਆਉਂਦੀ ਹਾਂ ਉਹਦੇ ਲਈ,
ਮੇਰਾ ਬਹੁਤ ਸੋਹਣਾ ਸਰਪ੍ਰਾਈਜ਼ ਦੇਣ ਦਾ ਦਿਲ ਸੀਗਾ, ਬਟ ਉਹ ਕਹਿੰਦੀ ਵੀ ਮੈਂ ਨਹੀਂ ਆਉਣਾ, ਕੋਈ ਪਤਾ ਨਹੀਂ ਉਹਦਾ ਮੂਡ ਇੱਦਾਂ ਹੀ ਆ ਵੀ ਚਲੋ ਸਾਰੇ ਫੈਮਿਲੀ ਨਹੀਂ ਹੈਗੀ ਆ ਕੁਛ ਵੀ ਆ ਹੈ ਨਾ, ਅਤੇ ਕਹਿੰਦੀ ਮੈਂ ਮਨਾਉਣਾ ਨਹੀਂ ਹੈਗਾ, ਸਨੇਹਾ ਇੱਦਾਂ ਹੀ ਆ, ਤੂੰ ਆਉਣਾ ਹੋਇਆ ਤੂੰ ਆ ਜਾਈ, ਅਤੇ ਉੱਦਾਂ ਉਹਨੇ ਇਨਵਾਈਟ ਨਹੀਂ ਕੀਤਾ ਇਨਵਾਈਟ ਮਤਲਬ ਉਹਨੇ ਮਨਾਉਣਾ ਨਹੀਂ ਆ, ਉਹਨੇ ਤਾਂ ਕਿਤੇ ਇਨਵਾਈਟ ਨਹੀਂ ਕੀਤਾ, ਬਟ ਮੈਂ ਉੱਦਾਂ ਤਾਂ ਜਾਣਾ ਹੀ ਸੀਗਾ, ਮੈਨੂੰ ਇਹ ਸੀ ਆ ਉਹ ਆ ਜਾਏ ਆ, ਮੈਂ ਮਿਲਣਾ ਤਾਂ ਹੈਗੀ ਆ ਉਹਦਾ ਬਰਥਡੇ ਆ ਹੈ ਨਾ, ਜਿੰਨਾ ਕੁ ਮੈਂ ਐਫਰਟਸ ਕਰਕੇ ਸਪੈਸ਼ਲ ਬਣਾ ਸਕਦੀ ਹਾਂ ਮੈਂ ਆਪਣੇ ਵੱਲੋਂ ਬਣਾਊਂਗੀ। ਸੋ ਮੈਂ ਤਿਆਰ ਹੋ ਗਈ ਹੋਈ ਹਾਂ, ਮੈਂ ਉਹਨੂੰ ਕਿਹਾ ਸੀ ਮੈਂ 6 ਵਜੇ ਤੱਕ ਆ ਜਾਊਂਗੀ, ਪਰ 5:30 ਇੱਥੇ ਹੀ ਹੋ ਗਿਆ, ਮੈਂ 7 ਵਜੇ ਤੋਂ ਪਹਿਲਾਂ ਨਹੀਂ ਪਹੁੰਚਦੀ, ਅਤੇ ਚੱਲ ਗਿਲਫਰਡ ਚੱਲਦੇ ਹਾਂ, ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਗਿਫਟ ਵਗੈਰਾ ਕੀ ਲੈਂਦੀ ਹਾਂ, ਅਤੇ ਘਰ ਇੱਦਾਂ ਖਾਲੀ ਹੁੰਦਾ ਨਾ ਜਿੱਦਾਂ ਇਹ ਭੂਤ ਪੰਗਾ ਆ। ਆਪਾਂ ਚੱਲੀਏ ਬਾਹਰ, ਪਹਿਲਾਂ ਤਾਂ ਬਾਰਿਸ਼ ਆ ਰਹੀ ਸੀ, ਹੁਣ ਮੈਨੂੰ ਲੱਗਦਾ ਰੁੱਕ ਗਈ ਹੋਣੀ ਆ, ਇੱਦਾਂ ਹੀ ਆ, ਰੁਕੀ ਤਾਂ ਨਹੀਂ, ਬਾਰਿਸ਼ ਤਾਂ ਤੇਜ਼ ਹੋ ਗਈ ਉਲਟਾ, ਪਰ ਕੋਈ ਨਹੀਂ ਜਾਣਾ ਹੀ ਪੈਣਾ, ਚੱਲਦੇ ਹਾਂ। ਸੋ ਮੈਂ ਆਈ HM ਅਤੇ ਮੈਨੂੰ ਇੰਨਾ ਕੁ ਪਤਾ ਲੱਗਿਆ ਆ, ਫਿਲਹਾਲ ਤਾਂ ਉਹਨਾਂ 2 ਸਾਲ ਰਹਿ ਕੇ ਵੀ ਉਹਨੂੰ ਸਕਰਟਸ ਬਹੁਤ ਪਸੰਦ ਆ, ਤਾਂ ਮੈਂ ਉਹਦੇ ਲਈ ਬਲੈਕ ਸਕਰਟ ਲਿੱਤੀ ਆ, ਨਾਲ ਪਿੰਕ ਟੋਪ ਲਿੱਤਾ ਆ, ਇੱਦਾਂ ਦੇਖ ਨਹੀਂ ਰਿਹਾ ਹੁਣ, ਜਦੋਂ ਖੋਲੂਗੀ ਨਾ ਫਿਰ ਉਦੋਂ ਦਿਖਾਊਂਗੀ ਮੈਂ, ਜਾਂ ਮੈਂ ਦੇਖਦੀ ਹਾਂ, 1 ਮਿੰਟ ਰੁਕੋ। ਆਹ ਵਾਲਾ ਟੋਪ ਆ ਅਤੇ ਆਹ ਨਾਲ ਬਲੈਕ ਸਕਰਟ ਆ, ਕੋਂਬੀਨੇਸ਼ਨ ਕਰਕੇ ਬਹੁਤ ਸੋਹਣਾ ਲੱਗੂਗਾ, ਬਾਕੀ ਉਹਨੂੰ ਮੈਂ ਕਹੂੰਗੀ ਮੈਨੂੰ ਪਾ ਕੇ ਦਿਖਾ, ਅਤੇ ਹਾਲੇ ਆਪਾਂ ਕੇਕ ਵੀ ਲੈਣਾ ਵਾਲਮਾਰਟ ਤੋਂ, 7 ਵਜੇ ਮੌਲ ਬੰਦ ਹੋਣ ਵਾਲਾ ਆ, ਸੁੱਤੇ ਉੱਠੀ ਜਾਗਦੇ ਹਾਂ ਆਪਾਂ ਵੀ। ਫਾਈਨਲੀ ਆਪਾਂ ਕੇਕ ਵੀ ਲੈ ਲਿਆ ਹੋਇਆ, ਉਹ ਅੰਦਰ ਪਿਆ ਆ ਚੋਕਲੇਟ ਟਰਫਲ ਕੇਕ, ਅਤੇ ਔਨ ਦਾ ਵੇ ਹੁਣ ਵੀਡੀਓ ਸਟਾਰਟ ਕੀਤੀ ਆ, ਮੂੰਹ ਆਇਆ ਹੀ ਨਹੀਂ, ਪਤਾ ਨਹੀਂ ਕਿੱਧਰ ਜਾਣਾ ਆ, ਅੱਜ ਕੋਈ ਨੇਲ ਲੈਸ਼ਿਸ ਦਾ ਕਲਾਇੰਟ ਵੀ ਨਹੀਂ ਚੱਕਿਆ, ਮੈਂ ਕਿਹਾ ਚਲੋ ਥੋੜ੍ਹਾ ਇੰਜੋਏ ਕਰ ਆਵਾਂ, ਬੋਲਿਆ ਨਹੀਂ ਜਾਂਦਾ ਕਿਉਂਕਿ ਥੱਕ ਜਾਂਦੀ ਹਾਂ, ਮਿਲਣਾ ਮੈਂ ਚੱਲਦੀ ਚੱਲਦੀ, ਅਤੇ ਇੱਧਰ ਨੂੰ ਜਾਣਾ ਮਿਲਣਾ ਤਾਂ, ਅਤੇ ਹੁਣ ਮੈਂ ਪਹੁੰਚ ਜਾਵਾਂ ਇੰਜਲ ਕੋਲ, ਪਾਣੀ ਪੂਣੀ ਪੀਵਾਂ, ਫਿਰ ਗੱਲ ਕਰਦੀ ਹਾਂ, ਪਤਾ ਨਹੀਂ ਮੈਨੂੰ ਕਿਉਂ ਸਾਹ ਚੜ੍ਹ ਜਾਂਦਾ ਆ, ਅੱਜ ਨੇਲ ਲੈਸ਼ਿਸ ਦੇ ਬਹੁਤ ਅਪੁਆਇੰਟਮੈਂਟ ਸੀਗੀਆਂ, ਬਟ ਅੱਜ ਚੱਕੀ ਨਹੀਂ, ਕਿਉਂਕਿ ਮੈਨੂੰ ਸੀਗਾ ਵੀ ਇੰਜਲ ਦਾ ਬਰਥਡੇ ਆ, ਕਿ ਕਿੱਥੇ ਉਹ ਵਿਚਾਰੀ ਕੰਮ ਕਰਨ ਆਊਗੀ ਲੈਸ਼ਿਸ ਵਗੈਰਾ ਹੈ ਨਾ, ਅਤੇ ਮੈਨੂੰ ਵੀ ਸੀਗਾ ਵੀ ਮੈਂ ਜਾਣਾ ਆ ਗਿਫਟ ਗੁਫਟ ਲੈ ਕੇ ਆਉਣਾ, ਅਤੇ ਕੱਲ੍ਹ ਤੱਕ ਤਾਂ ਅਪੁਆਇੰਟਮੈਂਟ ਚੱਕੀਆਂ ਸੀਗੀਆਂ, ਬਟ ਅੱਜ ਨਹੀਂ ਕੋਈ ਚੱਕੀ, ਕੱਲ੍ਹ ਤਾਂ ਨੇਲਸ ਵੀ ਕੀਤੇ ਲੈਸ਼ਿਸ ਵੀ, ਅੱਜ ਨਹੀਂ ਕੋਈ ਚੱਕੀ, ਤਾਂ ਕਿ ਅੱਜ ਗਿਫਟ ਵਗੈਰਾ ਲੈ ਕੇ ਸਾਰਾ ਕੰਮ ਨਿਬੇੜ ਲਈਏ, ਅਤੇ ਹੁਣ ਚੱਲੀਏ ਫਿਰ ਜਾ ਕੇ ਮਿਲਦੇ ਹਾਂ। ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਫੀਲ ਕੀ ਹੋਣਾ, ਅੱਜ ਛੋਟੀ ਜਿਹੀ ਜਾਨ ਜੰਮੀ ਸੀ ਤੈਨੂੰ ਬਹੁਤ ਪਰੇਸ਼ਾਨ ਕਰਨ ਲਈ, ਤੈਨੂੰ ਕਿੱਦਾਂ ਫੀਲ ਹੋ ਰਿਹਾ, ਮੈਨੂੰ ਵੀ ਸਨੇਹ ਸੀਰੀਜ਼ ਦੇ ਵਿੱਚ ਹੁਣ ਤੈਨੂੰ ਬੜੀ ਸ਼ਰੀ ਸਮਝ ਆਈ ਹੈ, ਜਦੋਂ ਮੇਰੀ ਬੇਦੀ ਨਾ ਹੋਵੇ ਤੈਨੂੰ ਗੱਲ ਸਮਝ ਨਹੀਂ ਆਉਂਦੀ, ਨਹੀਂ ਸਮਾਈਲ ਦੇਖੋ ਇਹਦੀ, ਇਹ ਖੁਸ਼ ਏਦਾਂ ਜਿੱਦਾਂ ਇਹਦਾ ਬਰਥਡੇ ਹੋਵੇ, ਆਹੋ ਇੱਕ ਤਾਂ ਚੀਜ਼ ਲੈ ਗਿਆ, ਹੋਰ ਗੱਲਾਂ ਗੱਲਾਂ ਸੁਣਾਉਣਾ, ਇਹਨਾਂ ਨੂੰ ਕੇਕ ਖੋਲਣ ਲਈ ਵੀ ਹੈਲਪ ਚਾਹੀਦੀ, ਇਹਨਾਂ ਨੇ ਕੰਮ ਕਰਨੇ ਆ, ਉੱਥੇ ਵੀ ਕਿਹਾ ਏਦਾਂ ਕਰ ਕੋਲ, ਏਦਾਂ ਕਰ ਕੋਲ ਲਈਦਾ ਵੀ ਹੈਲਪ ਕਰਦੇ, ਮੈਨੂੰ ਦਿਖਾ ਕੇਕ ਕੱਟ, ਮੋਮਬੱਤੀਆਂ ਕਿੱਥੇ ਆ, ਚੱਲ
ਮੋਮਬੱਤੀਆਂ ਬਾਲਣ ਡਈ ਇੱਥੇ ਕਿਹੜਾ ਲਾਰੈਂਸ ਰੋਡ ਬੈਠੀ ਹੈ ਚੱਲ ਇੱਥੇ ਆਹੀ ਚੱਲਦਾ ਇੱਥੇ ਵੈਲਕਮ ਨੀ ਲੱਗਦਾ ਜੋ ਕੀ ਕਹਿੰਦੇ ਤੂੰ ਤਾਂ ਮੈਂ ਸਿੱਧਾ ਕਹਿ ਤੂੰ ਚੱਲ ਘਰੇ ਤੂੰ ਤਾਂ ਆਪਣੇ ਘਰੇ ਹੀ ਹੈ ਮੈਨੂੰ ਕਹਿ ਸਿੱਧਾ ਵੀ ਘਰੇ ਤੁਰ ਜਾ ਲਵੀ ਦਾ ਕੇਕ ਕਿਹੜਾ ਲੈ ਲਿਆ ਨਾ ਆਪਾਂ ਲਵੀ ਕਿਹੜਾ ਲੈਣਾ ਤੂੰ ਬੋਲਾਂਗੇ ਆਪਾਂ ਬਟਰਸਕੋਚ ਲਵੀ ਕੈਂਡਲਸ ਚੱਲ ਚੱਲ ਫਿਰ ਕਾਟ ਚੱਲ ਹੈਪੀ ਬਰਥਡੇ ਟੂ ਯੂ ਉਸ ਤੇ ਉਸਕੋ ਜਲਾ ਲੋ ਨਾ ਚਲੋ ਵਨ ਹੀ ਹੈ ਵੈਸੇ ਕਿ ਫੋਰ ਸੀ ਚੱਲ ਇਸ ਕੋ ਬਲੋ ਕਰ ਦਿਓ ਅਰੇ ਯਹੀ ਰੱਖ ਲੋ ਇੱਕ ਜਗ੍ਹਾ ਕੇ ਰੱਖਣੀ ਕੋਈ ਮੰਨ ਗਿਆ ਲਵੀ ਤੈਨੂੰ ਬਸ ਦੋ ਢਾਈ ਘੰਟੇ ਬਹੁਤ ਹੁੰਦੇ ਆ ਅਗਰ ਖਾ ਪੀ ਕੇ ਕਿੰਨੀ ਦੇਰ ਫ੍ਰੀ ਬੈਠੇ ਰਹੇ ਗੱਲਾਂ ਮਾਰਦੇ ਰਹੇ ਆ ਹੁਣ ਉੱਥੇ ਬੈਠੇ ਰਹਿੰਦੇ ਲਵੀ ਕੇ ਟੂ ਫਰੈਂਡਸ ਆਏ ਥੇ ਬਾਕੀ ਫਰੈਂਡਸ ਹੀ ਨਹੀਂ ਆ ਸਕੂਲ ਕੋਈ ਕੁੜੀਆਂ ਵੀ ਘੱਟ ਹੈ ਨਾ ਤਿੰਨ ਚਾਰ ਤਾਂ ਕੁੜੀਆਂ ਕਲਾਸ 'ਚ ਚਾਰ ਪੰਜ ਕੁੜੀਆਂ ਨੇ ਸਕੂਲ ਹੀ ਪਤਾ ਨਹੀਂ ਕਿਆ ਬੜੀ ਸ਼ੌਕੀਨ ਹੈ ਸੁੰਦਰ ਹੈ ਕਲਿਪਸ ਤੇ ਕੇਕ ਲੈ ਗਏ ਸੀਗੇ ਕੇਕ ਕਿੱਥੋਂ ਲਿੱਤਾ ਤੇਰੀ ਮੇਨ ਬੇਕਰੀ ਸੇ ਬਣੇ ਟਾਂਗੇ ਦੀ ਪਤਾ ਨਹੀਂ ਮੈਨੂੰ ਸ਼ਾਇਦ ਰਿੱਤਾ ਚਾਹੀਦਾ ਯਾਰ ਪੈਰੀ ਦਰਵਾਜ਼ਾ ਕਿ ਖੋਲ ਦਿੰਦਾ ਏਸੀ ਚੱਲਦਾ ਪਿਆ ਪੈਰੀ ਇਧਰਾ ਉਪਰਾ ਇਹ ਲੈ ਲਵੀ ਆ ਜਾਏਗੀ ਨਾ ਤੇਰੇ ਕੋਲ ਫਰੋਕ ਆ ਜਾਏਗੀ ਨਹੀਂ ਸਹੀ ਤੋਂ ਬਾਰ ਇਹ ਕਿਹਦਾ ਦੇ ਰਿਹਾ ਪਤਾ ਨਹੀਂ ਪਤਾ ਹੀ ਨਹੀਂ ਇਹ ਦੱਸੋ ਰਿੱਤਾ ਚ ਨਹੀਂ ਦਿੱਤਾ ਮੈਨੂੰ ਲੱਗਦਾ ਰਿੱਤ ਨੇ ਦਿੱਤਾ ਮੈਨੂੰ ਲੱਗਦਾ
एक राधा चाची का एक रीता चाची का, ये नहीं पता कि कौन सा किसका। पैर ही किदा देखता पिया होए पैरों पैरों को चाहिए गिफ्ट ਉਹ ਬੜਾ ਹੈਰਾਨ ਜਿਹਾ ਹੈ ਪਤਾ ਨਹੀਂ ਕਿਆ ਹੈਰਾਨ ਪਰੇਸ਼ਾਨ ਮੈਨੂੰ ਕੋਈ ਦਿਓ ਮੈਨੂੰ ਮੇਰੇ ਵਾਸਤੇ ਕੀ ਲਿਆਇਓ ਉਹਨੂੰ ਆਪਣੀ ਪਈ क्या हुआ उदास हो गया ये क्या है अच्छा लैंप है ना क्या है पढ़ती बहुत है ना राती जाग जाग के रवि ने पढ़ना होंगे इसलिए उन्होंने सोचा कि मैं टेबल लैंप दवा ਦੋਨੋਂ ਇਕੱਠੀ ਲਾਈਟ ਨਹੀਂ ਨਾ ਸਕਤੀ ਅੱਗੇ ਕਰਕੇ ਰੱਖਤੀ ਪੈਰ ਹੀ ਚੱਲ ਸਮਰੀਨ ਰਹਿ ਗਈ ਹੈ ਨਾ ਨਹੀਂ ਮੈਂ ਉੱਥੋਂ ਚੁੱਕੇ ਦਿੱਤੀ ਉੱਥੇ ਆਈ ਇੱਥੇ ਨਾਲ ਸੇਮ ਮਤਲਬ ਇਹੀ ਚੀਜ਼ ਹੈ ਰਾਧਾ ਨੇ ਸਾਨੂੰ ਇੱਦਾਂ ਦੀਆਂ ਕੰਜਕਾਂ ਤੇ ਦਿੱਤੀਆਂ ਸੀ ਨਾ ਨੇਲ ਪੋਲਿਸ਼ ਸੁੰਦਰ ਚਲ ਬਸ ਖੁਸ਼ ਗਿਫਟ ਖੋਲ ਕੇ ਗਿਫਟ ਖੋਲਣ ਦੀ ਪਈ ਹੁੰਦੀ ਹੈ ਹਾਂਜੀ ਗਾਈਜ਼ ਗੁੱਡ ਮਾਰਨਿੰਗ ਸਾਰਿਆਂ ਨੂੰ ਰਾਤੀ ਆਪਾਂ ਆ ਗਏ ਹੋਏ ਸੀਗੇ ਘਰੇ ਕਿਉਂਕਿ ਕੋਈ ਪਲੈਨ ਨਹੀਂ ਸੀਗਾ ਕਿਤੇ ਆਉਣ ਜਾਣ ਦਾ ਉਹਦਾ ਬਰਥਡੇ ਸੀ ਘਰੇ ਮਨਾਇਆ ਸਾਰਿਆਂ ਨਾਲ ਸਾਰੇ ਆਏ ਹੋਏ ਸੀਗੇ ਬਹੁਤ ਜਣੇ ਆ ਜਿਨ੍ਹਾਂ ਨੂੰ ਆਪਾਂ ਵਲੌਗ 'ਚ ਨਹੀਂ ਲੈ ਕੇ ਆਏ ਪਰ ਆਪਾਂ 6-7 ਜਣੇ ਸੀਗੇ ਮਜ਼ਾ ਆਇਆ ਕੇਕ ਮੈਂ ਲੈ ਗਈ ਸੀਗੀ ਕੱਟ ਕੀਤਾ ਵੈਸੇ ਸਾਡਾ ਬਹਿ ਕੇ ਖਾਣ ਦਾ ਹੀ ਪਲੈਨ ਸੀਗਾ ਵੀ ਗੈਟ ਟੂਗੈਦਰ ਜੀ ਹੋ ਜੂਗੀ ਖਾ ਪੀ ਲਵਾਂਗੇ ਇਕੱਠੇ ਬਟ ਚਲੋ ਮੈਨੂੰ ਸੀਗਾ ਵੀ ਚਲੋ ਕੇਕ ਕੱਟ ਲਵਾਂਗੇ ਬਰਥਡੇ ਉਹਦਾ ਅਤੇ ਕੇਕ ਕਟਿੰਗ ਵਗੈਰਾ ਕੀਤੀ ਵਧੀਆ ਲੱਗਾ ਟਾਈਮ ਵਧੀਆ ਸਪੈਂਡ ਹੋ ਗਿਆ ਗੱਲਾਂ ਗੁੱਲਾਂ ਮਾਰੀਆਂ ਅਤੇ ਰਾਤੀ ਮੈਨੂੰ ਘਰ ਆਉਂਦੇ ਆਉਂਦੇ 11 ਵੱਜ ਕੇ 11 ਕੁ ਵਜੇ ਘਰ ਆਈ ਹਾਂ ਆ ਕੇ ਸੋ ਗਈ ਹਾਂ ਅਤੇ ਹੁਣ ਉੱਠੀ ਹਾਂ ਸਵੇਰੇ ਕਲਾਇੰਟ ਸੀਗੇ ਉਹਨਾਂ ਦੀ ਅਪੁਆਇੰਟਮੈਂਟ ਸੀਗੀ ਉਹ ਲੇਟ ਹੋ ਗਏ ਤਾਂ ਕਰਕੇ ਆਪਾਂ ਅਪੁਆਇੰਟਮੈਂਟ ਕੈਂਸਲ ਕਰਤੀ ਕਿਉਂਕਿ ਅਗਲੀ ਅਪੁਆਇੰਟਮੈਂਟ ਸੀਗੀ ਫਿਰ ਉਹ ਤੱਕ ਹੋ ਨਹੀਂ ਸੀ ਪਾਉਣਾ ਹੁਣ ਅਗਲੀ ਅਪੁਆਇੰਟਮੈਂਟ ਹੈਗੀ ਆ ਸ਼ਾਮੀ 5 ਵਜੇ ਅਤੇ ਟਾਈਮ ਹੋ ਗਿਆ ਆ ਮੇਰੇ ਖਿਆਲ ਨਾਲ 1:30 ਜਾਂ 2 ਵਜੇ ਆ ਹਾਲੇ 2-3 ਘੰਟੇ ਵੈਸੇ ਪਏ ਆ ਪਰ ਮੈਂ ਉੱਠ ਕੇ ਆਪਣਾ ਹੁਰੀਆ ਸਵਾਰਨਾ ਆ ਨਹਾਉਣਾ ਆ ਧੋਣਾ ਆ ਅਤੇ ਵਧੀਆ ਤਰੀਕੇ ਨਾਲ ਡਰੈਸ ਅਪ ਹੋਣਾ ਆਫਕੋਰਸ ਕਲਾਇੰਟ ਨੇ ਆਉਣਾ ਆ ਅਤੇ
ਥੋੜਾ ਹੁਰੀਆ ਵੁਰੀਆ ਸਵਾਰ ਕੇ ਫਿਰ ਮਿਲਦੇ ਆ। ਵਲੌਗ ਬਹੁਤ ਲੇਟ ਆ ਰਿਹਾ ਮੈਨੂੰ ਪਤਾ ਹੈ, ਤੇ ਏਂਜਲ ਦਾ ਬਰਥਡੇ ਤਾਂ ਨਿਕਲਿਆ ਆ, ਏਂਜਲ ਦਾ ਬਰਥਡੇ ਤੁਹਾਨੂੰ ਮੈਂ ਗਿਫਟ ਵੀ ਦਿਖਾਤਾ ਆ, ਸਾਰਾ ਕੁਛ ਦਿਖਾਤਾ ਸੀ, ਡਰੈਸ ਵੀ ਉਹਨੂੰ ਪਸੰਦ ਆਈ ਆ, ਬਾਕੀ ਉਹ ਕਹਿੰਦੀ ਮੈਂ ਤੈਨੂੰ ਪਾ ਕੇ ਫੋਟੋ ਭੇਜੂੰਗੀ, ਸਾਈਜ਼ ਵੀ ਉਹ ਕਹਿੰਦੀ ਮੈਨੂੰ ਲੱਗਦਾ ਪਰਫੈਕਟ ਆਜੂਗਾ। ਅਤੇ ਲਵੀ ਦਾ ਬਰਥਡੇ ਹੁਣ ਪਿੱਛੇ ਨਿਕਲਿਆ ਆ, ਅਤੇ ਉਹਦੀ ਕਲਿਪਸ ਪਾਪਾ ਕੋਲ ਸੀਗੀਆਂ, ਉਹ ਥੋੜ੍ਹੀ ਲੰਬੀ ਸੀ, ਉਹਨਾਂ ਤੋਂ ਸੈਂਡ ਨਹੀਂ ਸੀ ਹੋ ਰਹੀ, ਅਤੇ ਮੈਂ ਉਹਨਾਂ ਨੂੰ ਕੱਲ੍ਹ ਦੱਸਿਆ, ਉਹਨਾਂ ਨੇ ਮੈਨੂੰ ਕੱਲ੍ਹ ਸੈਂਡ ਕੀਤੀ ਆ, ਜੋ ਵੀ ਲਵੀ ਨੂੰ ਗਿਫਟਸ ਮਿਲੇ ਆ ਸਾਰਾ ਕੁਛ ਮੈਂ ਉਹ ਵਿੱਚ ਐਡ ਕਰੂੰਗੀ, ਤੁਸੀਂ ਦੇਖਿਓ ਉਹਦਾ ਬਰਥਡੇ ਸੈਲੀਬ੍ਰੇਸ਼ਨ ਦਾ। ਤਾਂ ਮੇਰੇ ਤੋਂ ਇੰਨਾ ਜ਼ਿਆਦਾ ਕਲਿੱਪ ਨਹੀਂ ਹੋਣਾ, ਉੱਧਰ ਕਿਸੇ ਨੇ ਲਿੱਤੀ ਨਹੀਂ ਕਲਿੱਪ, ਪਰ ਮੇਰੇ ਖਿਆਲ ਨਾਲ ਗਿਫਟ ਓਪਨਿੰਗ ਦੀ ਲਿੱਤੀ ਆ, ਸੋ ਜੋ ਵੀ ਲਵੀ ਦੇ ਬਰਥਡੇ ਦਾ ਜਿੰਨਾ ਕੁ ਵੀ ਉਹਨਾਂ ਤੋਂ ਕਲਿੱਪ ਲਿੱਤੀ ਗਈ ਆ, ਜੋ ਵੀ ਵਲੌਗ ਬਣਿਆ ਮੈਂ ਇਹਦੇ ਵਿੱਚ ਐਡ ਕਰੂੰਗੀ, ਤੁਸੀਂ ਸਾਰੇ।